ਦੋਸਤੋ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ 10 ਉਹ ਕਾਰਾਂ ਜਿਨ੍ਹਾਂ ਦੀ ਸੇਲ ਬਹੁਤ ਘਟ ਰਹੀ ਆ ਮਾਰਕੀਟ ਦੇ ਵਿੱਚ ਕਾਰਾਂ ਦੀ ਸੇਲ ਇੰਨੀ ਤੇਜ਼ ਆ ਇੰਨੀ ਜ਼ਿਆਦਾ ਲੰਬੀ ਵੇਟਿੰਗ ਚੱਲ ਰਹੀ ਆ ਫਿਰ ਵੀ ਇਹ ਉਹ 10 ਕਾਰਾਂ ਨੇ ਜਿਨ੍ਹਾਂ ਨੂੰ ਕੋਈ ਨਹੀਂ ਪੁੱਛ ਰਿਹਾ ਜਿਨ੍ਹਾਂ ਦੀ ਸੇਲ ਬਿਲਕੁਲ ਡਾਊਨ ਆ ਇਹਨਾਂ ਦੇ ਕੰਪਨੀਆਂ ਡਿਸਕਾਊਂਟ ਵੀ ਬੜੇ ਵੱਡੇ ਦੇ ਰਹੀਆਂ ਨੇ ਫਿਰ ਵੀ ਇਹਨਾਂ ਦੀ ਸੇਲ ਨਹੀਂ ਹੋ ਰਹੀ ਔਰ ਦੋਸਤੋ 10ਵੇਂ ਨੰਬਰ ਤੇ ਹੈ ਸਕੋਡਾ ਕੋਡੀਆਕ 416 ਗੱਡੀਆਂ ਸੇਲ ਹੋਈਆਂ ਪ੍ਰੋਪਰ 7 ਸੀਟਰ ਗੱਡੀ ਆਉਂਦੀ ਹੈ ਔਰ ਫੁੱਲੀ ਲਗਜ਼ਰੀ ਕਾਰ ਆ ਤੇ 38 ਲੱਖ ਤੋਂ ਲੈ ਕੇ 41 ਲੱਖ 40 ਹਜ਼ਾਰ ਰੁਪਏ ਤੱਕ ਇਹਦਾ ਰੇਟ ਆ ਜਾਂਦਾ ਤੇ ਨਵੇਂ ਨੰਬਰ ਤੇ ਜੀਪ ਕੰਪਾਸ ਕੰਪਾਸ ਜਦੋਂ ਲਾਂਚ ਹੋਈਗੀ ਇਹਦੀ ਸੇਲ ਬਹੁਤ ਵਧੀਆ ਰਹੀ ਹੈ 170 ਹੌਸਪਾਵਰ ਇੰਜਨ ਆਉਂਦਾ ਜਿਹੜਾ ਟਾਟਾ ਸਫਾਰੀ ਟਾਟਾ ਹੈਰੀਅਰ ਵਿੱਚ ਐਮਜੀ ਹੈਕਟਰ ਵਿੱਚ ਯੂਜ਼ ਹੁੰਦਾ ਉਹ ਹੀ ਇੰਜਨ ਇਹਦੇ ਵਿੱਚ ਆਉਂਦਾ ਫੀਅਰ ਦਾ ਇੰਜਨ ਆਉਂਦਾ ਤੇ ਇੰਜਨ ਵਧੀਆ ਹੋਣ ਦੇ ਬਾਵਜੂਦ ਵੀ ਇਹਦੀ ਸੇਲ ਇੰਨੀ ਵਧੀਆ ਨਹੀਂ ਹੈ ਸਿਰਫ 395 ਗੱਡੀਆਂ ਸੇਲ ਹੋਈਆਂ ਤੇ ਇਹ ਵੀ ਇੱਕ ਪ੍ਰੀਮੀਅਮ ਐਸਯੂਵੀ ਆ ਜਾਂਦੀ ਹੈ 21 ਲੱਖ 44 ਹਜ਼ਾਰ ਤੋਂ ਲੈ ਕੇ 31 ਲੱਖ 64 ਹਜ਼ਾਰ ਰੁਪਏ ਤੱਕ ਮਿਲ ਜਾਂਦੀ ਹੈ 8ਵੇਂ ਨੰਬਰ ਤੇ ਸਿਆਜ਼ ਦੋਸਤੋ ਮਰੂਤੀਸ ਕੀ ਸਿਆਜ਼ ਦੀ ਸੇਲ ਬਹੁਤ ਵਧੀਆ ਰਹੀ ਹੈ ਪਰ ਇੰਨੀ ਘੱਟ ਵਿਕਣ ਦਾ ਕਾਰਨ ਇਹੋ ਹੀ ਹੋ ਸਕਦਾ ਕਿ ਮਰੂਤੀ ਸਨਯੂਕੀ ਜਾਂ ਤੇ ਇਹਨੂੰ ਅਪਡੇਟ ਕਰ ਰਹੀ ਹੈ ਤੇ ਜਾਂ ਇਹਨੂੰ ਬੰਦ ਕਰ ਰਹੀ ਹੈ ਇਹ ਹੁਣ ਮਰੂਤੀ ਸਿਰੋਕੀ ਦੱਸ ਸਕਦੀ ਹੈ ਕਿ ਇਹਦੀ ਕੋਈ ਨਵੀਂ ਜਨਰੇਸ਼ਨ ਆ ਰਹੀ ਹੈ ਤੇ ਜਾਣ ਨੂੰ ਬਿਲਕੁਲ ਬੰਦ ਕੀਤਾ ਜਾ ਰਿਹਾ ਸਿਰਫ 300 ਗੱਡੀਆਂ ਸੇਲ ਹੋਈਆਂ ਮਾਈਲਡ ਹਾਈਬ੍ਰਿਡ ਪੈਟਰੋਲ ਦੇ ਵਿੱਚ ਹੀ ਸਿਰਫ ਆਉਂਦੀ ਆ ਤੇ 8 ਲੱਖ 96 ਹਜ਼ਾਰ ਤੋਂ ਲੈ ਕੇ 12 ਲੱਖ 40 ਹਜ਼ਾਰ ਰੁਪਏ ਤੱਕ ਸਿਆਜ਼ ਮਿਲ ਜਾਂਦੀ ਹੈ 7ਵੇਂ ਨੰਬਰ ਤੇ ਹੈ ਜੀਪ ਮੈਰੀਡਨ ਮੈਰੀਡਨ ਦੀਆਂ 285 ਗੱਡੀਆਂ ਸਿਰਫ ਸੇਲ ਹੋਈਆਂ 27 ਲੱਖ 70 ਹਜ਼ਾਰ ਤੋਂ ਲੈ ਕੇ 37 ਲੱਖ 50000 ਰੁਪਏ ਤੱਕ ਮਿਲ ਜਾਂਦੀ ਆ ਔਰ ਦੋਸਤੋ ਇਹ ਇੱਕੋ ਇੱਕ ਗੱਡੀ ਆ ਜਿਹਦੇ ਤੇ ਬੜਾ ਜਿਆਦਾ ਡਿਸਕਾਊਂਟ ਕੰਪਨੀ ਵੱਲੋਂ ਦਿੱਤਾ ਜਾ ਰਿਹਾ 235000 ਰੁਪਏ ਦਾ ਦਿੱਤੇ ਡਿਸਕਾਊਂਟ ਚੱਲ ਰਿਹਾ ਤੇ ਫਿਰ ਵੀ ਇਹਦੀ ਸੇਲ ਨਹੀਂ ਹੈਗੀ ਸਿਰਫ 285 ਗੱਡੀਆਂ ਸੇਲ ਹੋਈਆਂ 6ਵੇਂ ਨੰਬਰ ਤੇ ਆ MG 글로ਸਟਰ 247 ਗੱਡੀਆਂ ਸੇਲ ਹੋਈਆਂ 글로ਸਟਰ ਵੀ ਫੋਰਚਨਰ ਨੂੰ ਪੂਰੀ ਪੂਰੀ ਟੱਕਰ ਦਿੰਦੀ ਹੈ ਸੈਗਮੈਂਟ ਦੇ ਵਿੱਚ ਆ ਪ੍ਰੀਮੀਅਮ SUV ਆ 7 ਸੀਟਰ ਆ ਪ੍ਰੋਪਰ 7 ਸੀਟਰ ਆ ਔਰ 32 ਲੱਖ 60 ਹਜ਼ਾਰ ਤੋਂ ਲੈ ਕੇ 42 ਲੱਖ 38 ਹਜ਼ਾਰ ਰੁਪਏ ਤੱਕ ਮਿਲ ਜਾਂਦੀ ਹੈ ਪੰਜਵੇਂ ਨੰਬਰ ਤੇ ਹੈ ਕੀਆ ਕਾਰਨੀਵਲ ਕਾਰਨੀਵਲ ਤੇ ਵੀ ਬਹੁਤ ਜ਼ਿਆਦਾ ਡਿਸਕਾਊਂਟ ਹੋਣ ਦੇ ਬਾਵਜੂਦ ਵੀ ਇਹਦੀ ਸੇਲ ਨਹੀਂ ਹੈਗੀ ਸਿਰਫ 168 ਗੱਡੀਆਂ ਸੇਲ ਹੋਈਆਂ 30 ਲੱਖ 97 ਹਜ਼ਾਰ ਤੋਂ ਲੈ ਕੇ 35 ਲੱਖ 48 ਹਜ਼ਾਰ ਰੁਪਏ ਤੱਕ ਕਾਰਨੀਵਲ ਮਿਲ ਜਾਂਦੀ ਹੈ ਔਰ ਦੋਸਤੋ ਬਹੁਤ ਜਲਦ ਕਾਰਨੀਵਲ ਦੀ ਇੱਕ ਨਵੀਂ ਜਨਰੇਸ਼ਨ ਆਉਣ ਵਾਲੀ ਹੈ ਇੱਕ ਨਵਾਂ ਫੇਸ ਲਿਫਟ ਆਉਣ ਵਾਲਾ ਉਹਦੇ 'ਚ ਕਾਫੀ ਜ਼ਿਆਦਾ ਬਦਲਾਅ ਕੀਤੇ ਗਏ ਆ ਜਿਹੜਾ ਗਲੋਬਲ ਮਾਰਕੀਟ ਦੇ ਵਿੱਚ ਲਾਂਚ ਹੋ ਚੁੱਕਿਆ ਪਰ ਇੰਡੀਆ ਦੇ ਵਿੱਚ ਪਹਿਲਾਂ ਹੀ ਇਹਦੀ ਸੇਲ ਨਹੀਂ ਹੈਗੀ ਇਸ ਕਰਕੇ ਹਜੇ ਤੱਕ ਤੇ ਲਾਂਚ ਨਹੀਂ ਹੋਇਆ ਪਰ ਹੋ ਸਕਦਾ ਜਲਦੀ ਆ ਜਾਵੇ ਚੌਥੇ ਨੰਬਰ ਤੇ ਆ ਵਾਕਸਵੈਗਨ ਟਿਗਵਾਨ 132 ਗੱਡੀਆਂ ਸੇਲ ਹੋਈਆਂ 34 ਲੱਖ 20 ਹਜ਼ਾਰ ਦਾ ਇਹਦਾ ਇੱਕੋ ਮਾਡਲ ਆਉਂਦਾ ਵੀ ਇੱਕ ਪ੍ਰੀਮੀਅਮ ਐਸਐਸ ਵੀ ਆ ਜਾਂਦੀ ਆ ਤੇ ਕਾਫੀ ਜ਼ਿਆਦਾ ਫੀਚਰ ਲੋਡਡ ਹੋਣ ਦੇ ਬਾਵਜੂਦ ਵੀ ਇਹਦੀ ਸੇਲ ਬਹੁਤ ਘਟਾ ਤੀਸਰੇ ਨੰਬਰ ਤੇ ਆ ਸਕੋਡਾ ਸੁਪਰਬ ਇਹ ਗੱਡੀ ਬੰਦ ਹੋ ਚੁੱਕੀ ਹੈ ਸਕੋਡਾ ਵੱਲੋਂ ਬੰਦ ਕਰ ਦਿੱਤੀ ਗਈ ਹੈ BS6 ਫੇਸ 2 ਨੋਰਮਸ ਜਿਹੜਾ ਨਵਾਂ ਲਾਗੂ ਹੋਇਆ ਉਹਦੇ ਤਹਿਤ ਇਹਨੂੰ ਬੰਦ ਕਰ ਦਿੱਤਾ ਗਿਆ 104 ਗੱਡੀਆਂ ਸਿਰਫ ਸੇਲ ਹੋਈਆਂ 417000 ਤੋਂ ਲੈ ਕੇ 3727000 ਰੁਪਏ ਤੱਕ ਮਿਲ ਜਾਂਦੀ ਹੈ ਔਰ ਦੋਸਤੋ ਦੂਸਰੇ ਨੰਬਰ ਤੇ ਫਿਰ ਸਕੋਡਾ ਓਕਟਾਵਿਆ ਓਕਟਾਵਿਆ ਵੀ ਬੰਦ ਕਰ ਦਿੱਤੀ ਗਈ ਹੈ ਸਕੋਡਾ ਵੱਲੋਂ ਸਿਰਫ 86 ਗੱਡੀਆਂ ਸੇਲ ਹੋਈਆਂ 2734000 ਤੋਂ ਲੈ ਕੇ 3044000 ਰੁਪਏ ਤੱਕ ਓਕਟਾਵਿਆ ਮਿਲ ਜਾਂਦੀ ਹੈ ਔਰ ਦੋਸਤੋ ਪਹਿਲੇ ਨੰਬਰ ਤੇ ਸਭ ਤੋਂ ਘੱਟ ਜਿਹਦੀ ਸੇਲ ਹੋਈ ਹੈ ਉਹ ਸਟਰਨ C5 에ਅਰਕ੍ਰਾਸ ਸਿਰਫ 52 ਗੱਡੀਆਂ ਸੇਲ ਹੋਈਆਂ ਇਹ ਗੱਡੀ ਵੀ ਫੀਚਰ ਦੇ ਮਾਮਲੇ ਚ ਬਹੁਤ ਅੱਗੇ ਹੈ ਬਹੁਤ ਜ਼ਿਆਦਾ ਫੀਚਰਸ ਇਹਦੇ ਵਿੱਚ ਆਉਂਦੇ ਆ ਪਰ ਨਵੀਂ ਕੰਪਨੀ ਹੋਣ ਕਾਰਨ ਇਹਦੀ ਸੇਲ ਕੋਈ ਬਹੁਤੀ ਵਧੀਆ ਨਹੀਂ ਹੋਈ ਇੱਕ ਇਹਦਾ ਰੇਟ ਬਹੁਤ ਜ਼ਿਆਦਾ ਇਸ ਸੈਗਮੈਂਟ ਦੇ ਵਿੱਚ ਕਾਫੀ ਘੱਟ ਰੇਟ ਤੇ ਗੱਡੀਆਂ ਮਿਲ ਜਾਂਦੀਆਂ 34 ਲੱਖ 17000 ਤੋਂ ਲੈ ਕੇ 37 ਲੱਖ 27000 ਰੁਪਏ ਤੱਕ C5 AirCross ਮਿਲ ਜਾਂਦੀ ਹੈ ਸੋ ਦੋਸਤੋ ਇਹ ਹੀ ਗਿਆ 10 ਗੱਡੀਆਂ ਜਿਨ੍ਹਾਂ ਦੀ ਮਾਰਕੀਟ ਦੇ ਵਿੱਚ ਕੋਈ ਕਦਰ ਨਹੀਂ ਜਿਨ੍ਹਾਂ ਨੂੰ ਫਿਲਹਾਲ ਕੋਈ ਪੁੱਛ ਨਹੀਂ ਰਿਹਾ ਦੋਸਤੋ ਅੱਜ ਦੀ ਇਸ ਵੀਡੀਓ ਚ ਇੰਨਾ ਹੀ ਮਿਲਦੇ ਹਾਂ ਜੀ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ